ਇਹ ਬਹੁਤ ਹੀ ਅਦਭੁਤ ਕਾਗਜ਼ ਦਾ ਪਿੰਜਰ ਹੈ। ਇਸ ਲਈ ਤੁਹਾਨੂੰ ਅੱਧਾ A4 ਸਾਈਜ਼ ਸ਼ੀਟ ਕਾਗਜ਼, ਕੈਂਚੀਆਂ, ਗੂੰਦ ਅਤੇ ਇੱਕ ਕਟਰ ਚਾਹੀਦਾ ਹੈ। ਅਸੀਂ A4 ਸਾਈਜ਼ ਸ਼ੀਟ ਨੂੰ 8 ਬਰਾਬਰ ਰੈਕਟੈਂਗਲਸ ਵਿੱਚ ਕੱਟ ਦੇਵਾਂਗੇ ਅਤੇ ਇੱਕ ਟੁਕੜਾ ਲਵਾਂਗੇ ਅਤੇ ਉਸ ਨੂੰ ਅੱਧਾ ਮੋੜ ਦੇਵਾਂਗੇ। ਅੱਧੀ ਖੋਪੜੀ ਬਣਾਓ, ਇੱਕ ਅੱਖ, ਅੱਧਾ ਨੱਕ ਅਤੇ ਅੱਧਾ ਮੂੰਹ। ਫਿਰ ਖੋਪੜੀ ਨੂੰ ਕੱਟ ਲਵੋ। ਇੱਕ ਟੁਕੜਾ ਲਵੋ ਅਤੇ ਅੱਧਾ ਮੋੜ ਦਿਓ। ਇੱਕ ਲਾਈਨ ਬਣਾਓ ਅਤੇ ਇਸ ਲਾਈਨ ਉੱਪਰ 9 ਕੱਟ ਬਣਾ ਲਵੋ। ਫਿਰ ਇੱਕ ਫੱਟੀ ਛੱਡ ਕੇ ਕੱਢ ਲ ਦੇਵੋ। ਇਸ ਨੂੰ ਖੋਲ੍ਹਣ ਨਾਲ ਤੁਹਾਨੂੰ ਛਾਤੀ ਦੀਆਂ ਹੱਡੀਆਂ ਦਿਸਣਗੀਆਂ। ਦੂਜਾ ਟੁਕੜਾ ਲਵੋ ਅਤੇ ਉਸ ਵਿੱਚੋਂ ਪਤਲੀ ਫੱਟੀ ਕੱਟ ਲਵੋ। ਉਸ ਨੂੰ ਅੱਧਾ ਇੱਕ ਤਿਹਾਈ ਮੋੜੋ, ਅੱਧਾ ਇੱਕ ਤਿਹਾਈ ਮੋੜੋ। ਮੋੜ ਦੇ ਨਾਲ ਨਾਲ ਕੱਟ ਲਵੋ। 2 ਰੈਕਟੈਂਗੂਲਰ ਪੱਟੀਆਂ ਉੱਪਰ ਵਾਲੀਆਂ ਬਾਹਾਂ ਬਣ ਜਾਣਗੀਆਂ। ਬਚੀ ਹੋਈ ਫੱਟੀ ਨੂੰ 2 ਵਾਰ ਮੋੜ ਲਵੋ। ਥੱਲੇ ਵਾਲੀਆਂ ਬਾਹਾਂ ਬਣਾਉਣ ਲਈ ਵਿਚਕਾਰ ਇੱਕ ਫੱਟੀ ਕੱਟ ਲਵੋ ਅਤੇ ਦੋ ਮੂਰੀਆਂ ਵਾਲੀ ਅੱਧੀ ਪੈਲਵਿਸ ਬਣਾ ਲਵੋ। ਫਿਰ ਤਿੱਤਲੀ ਵਰਗੀ ਪੈਲਵਿਸ ਦੇਖਣ ਲਈ ਉਸ ਨੂੰ ਕੱਟੋ ਅਤੇ ਖੋਲ੍ਹ ਦਿਓ। ਇੱਕ ਹੋਰ ਟੁਕੜਾ ਲਵੋ, 2 ਵਾਰੀ ਮੋੜੋ ਅਤੇ ਕੱਟੋ। ਲਿਮਸ 2 ਰੈਕਟੈਂਗੂਲਰ ਫੱਟੀਆਂ ਉੱਪਰ ਵਾਲੀਆਂ ਲਿਮਸ ਬਣ ਜਾਣਗੀਆਂ। ਬਚੀ ਹੋਈ ਫੱਟੀ ਨੂੰ 2 ਵਾਰੀ ਮੋੜੋ ਅਤੇ ਥੱਲੇ ਵਾਲੀਆਂ ਲਿਮਸ ਬਣਾਉਣ ਲਈ ਉਹਨਾਂ ਦੇ ਵਿਚਕਾਰ ਫੱਟੀ ਕੱਟ ਲਵੋ। ਟਿਬੀਆ ਐਂਡ ਫਿਬੂਲਾ, ਇੱਕ ਹੋਰ ਟੁਕੜਾ ਲਵੋ, ਉਸ ਨੂੰ ਦੂਰਾ ਕਰੋ ਅਤੇ ਇੱਕ ਪੈਰ ਬਣਾ ਲਵੋ। ਉਸ ਨੂੰ ਕੱਟਣ ਨਾਲ ਤੁਹਾਨੂੰ 2 ਪੈਰ ਮਿਲਣਗੇ। ਇੱਕ ਹੋਰ ਟੁਕੜਾ ਲਵੋ, ਉਸ ਨੂੰ ਦੂਰਾ ਕਰੋ ਅਤੇ ਇੱਕ ਹੱਥ ਬਣਾ ਲਵੋ। ਉਸ ਨੂੰ ਕੱਟਣ ਨਾਲ ਤੁਹਾਨੂੰ 2 ਹੱਥ ਮਿਲ ਜਾਣਗੇ। ਹੁਣ ਸਾਰੇ ਟੁਕੜੇ ਜੋੜਨ ਲਈ ਤਿਆਰ ਹਨ। ਸਭ ਤੋਂ ਪਹਿਲਾਂ ਪੈਰਾਂ ਦੇ ਨਾਲ ਉੱਪਰ ਅਤੇ ਥੱਲੇ ਵਾਲੀਆਂ ਲਿਮਸ ਜੋੜ ਦਿਓ। ਫਿਰ ਇੱਕ ਲੰਬੀ ਫੱਟੀ ਲਵੋ ਅਤੇ ਉਸ ਦੇ ਸਿਰੇ 'ਤੇ ਖੋਪੜੀ ਜੋੜ ਦਿਓ। ਗਰਦਨ ਦੇ ਲਈ ਥੋੜ੍ਹੀ ਜਗ੍ਹਾ ਛੱਡ ਦਿਓ। ਫਿਰ ਛਾਤੀ ਦੀਆਂ ਹੱਡੀਆਂ ਜੋੜ ਦਿਓ। ਛਾਤੀ ਦੀਆਂ ਹੱਡੀਆਂ ਨਾਲ ਬਾਹਾਂ ਜੋੜ ਦਿਓ। ਥੋੜ੍ਹੀ ਹੋਰ ਜਗ੍ਹਾ ਛੱਡੋ ਅਤੇ ਫਿਰ ਪੈਲਵਿਸ ਜੋੜ ਦਿਓ। ਲੱਤਾਂ ਨੂੰ ਪੈਲਵਿਸ ਨਾਲ ਜੋੜ ਦਿਓ। ਪਿੰਜਰ ਤਿਆਰ ਹੈ। ਇਹ ਹਿੰਦੂ ਅਤੇ ਮੁਸਲਮਾਨ ਹੈ। ਸੋਚੋ, ਅਸੀਂ ਸਾਰੇ ਦੇਖਣ ਨੂੰ ਇੱਕ ਜਿਹੇ ਨਹੀਂ ਲੱਗਦੇ।